ਸੱਜਣਾ ਬੇਲੀਓ, ਪਿਆਰੇ ਭਾਈਓ, ਕਿਆ ਬਾਤ ਹੈ! ਆ ਗਿਆ ਯੂਰੋ, ਯੂਰੀ ਦਾ ਬੱਚਾ ਯੂਰੋ। 15 ਦਸੰਬਰ 2024 ਮੈਂ ਮੁਕਾਬਲਾ ਪਾਵਰ ਜੀਓ ਚੌਧਰੀ ਸ਼ਾਨੀ ਮੀਰਵਾਲ, ਤੇਰੀਆਂ ਬਹਾਦਰੀਆਂ ਰਾਜਾ ਨਾਤਕ ਭਾਈ, ਨੈਸ਼ਨਲ ਧਨ ਪਠਵਾਰ। ਸੱਜਣਾ ਦੀ ਖੈਰ, ਬੇਲੀਆਂ ਦੀ ਖੈਰ, ਬੈਸਟ ਆਫ ਲੱਕ ਆਲ ਪਾਕਿਸਤਾਨ ਸ਼ੌਕ ਸ਼ਿਕਾਰ। ਪਾਕਿਸਤਾਨ ਦੀ ਤਾਰੀਖ ਦਾ ਬਹੁਤ ਬੜਾ ਗਾਂਢੀ ਜੋੜ ਯੂਰੋਪ, ਯੂਰੀ ਦਾ ਬੱਚਾ ਪਾਵਰ। ਬਿਲਿਓ ਮੇਰੇ ਭਾਈਓ, ਪਿਆਰੇ ਲਾਡਲੇ ਵੀਰੋ, ਸ਼ਿਕਾਰੀ ਭਾਈਓ, ਪਾਕਿਸਤਾਨ ਔਰ ਪੂਰੀ ਦੁਨੀਆ 'ਚ ਸਾਰਿਆਂ ਨੂੰ ਅਸਲਾਮ ਅਲੈਕਮ ਜੀ। ਗੱਲ ਇਹ ਹੈ ਬੇਲੀਓ, ਮੇਰਾ ਯੂਟਿਊਬ ਚੈਨਲ ਅਸਦ ਗਿਲਾਨੀ TV ਚੈਨਲ, ਸ਼ੌਕ ਸ਼ਿਕਾਰ ਦਾ ਤਾਰਫ ਕਰਾਉਣਾ, ਆਪਣੇ ਸ਼ਿਕਾਰੀ ਭਾਈਆਂ ਦਾ ਤਾਰਫ ਕਰਾਉਣਾ। ਬੜੀ ਬੜੀ ਦੂਰ ਜਾਂਦਾ, ਸਾਰੇ ਬਹੁਤ ਪਿਆਰ ਕਰਦੇ, ਸਾਰੇ ਬਹੁਤ ਇੱਜ਼ਤ ਕਰਦੇ। ਅੱਜ ਬੇਲੀਓ ਮੈਂ ਚੱਕ ਨੰਬਰ 227 ਗੱਗੋ ਮੰਡੀ, ਰਾਜਾ ਨਾਤਕ ਰਾਜਾ ਆਤਫ ਭਾਈ, ਮੇਰੇ ਲਾਡਲੇ ਵੀਰ ਰਾਜਾ ਸ਼ਫਕਤ ਭਾਈ ਦੇ ਲਖਤੇ ਜਿਗਰ, ਅੱਲਾ ਖੁਸ਼ ਰੱਖੇ ਜੀ, ਅੱਜ ਇਹਨਾਂ ਦੇ ਡੇਰੇ 'ਤੇ ਹਾਂ ਜੀ। ਯੂਰੋ ਦੇ ਬਾਰੇ 'ਚ ਗੱਲਬਾਤ ਹੋਏਗੀ ਜੀ। ਸਾਰੇ ਬੇਲੀਆਂ ਨੂੰ ਪਤਾ ਕਿ ਯੂਰੋਪ 'ਤੇ ਪਾਵਰ ਗਾਂਢੀ ਹੋਏ ਆ, ਅਤੇ ਬਹੁਤ ਸਾਰੇ ਬੇਲੀਆਂ ਦੇ ਕਮੈਂਟ ਆਏ ਕਿ ਯੂਰੋ ਟੋਪ 10 ਪ੍ਰੋਗਰਾਮ 'ਚ ਨਹੀਂ ਆਇਆ। ਲਓ ਬੇਲੀਓ, ਅੱਜ ਯੂਰੋ ਟੋਪ 10 'ਚ ਆ ਗਿਆ ਜੀ, ਤੁਹਾਡੇ ਗਿਲੇ ਖਤਮ ਹੋ ਗਏ ਜੀ। ਜਨਾਬੇ ਅਲੀ ਰਾਜਾ ਨਾਤਕ ਔਰ ਚੌਧਰੀ ਫਾਰੂਕ ਭਾਈ ਜਾਨ, ਅਸਲਾਮ ਅਲੈਕਮ ਜੀ। ਵਾਲੇਕੁਮ ਸਲਾਮ। ਨਾਤਕ ਭਾਈ ਕੈਸੇ ਆਪ? ਸ਼ੁਕਰ ਅੱਲਾ ਦਾ ਸ਼ਾਹ ਜੀ, ਸਿੱਖ ਪਾਠ। ਕਦੀ ਸ਼ੰਕਰ ਅਤੇ ਬੀਟਲ ਜੀ, ਫਿਰ ਯੂਰੀ ਜੀ ਅਤੇ ਬੀਟਲ, ਟੋਕਾ ਅਤੇ ਪਾਵਰ, ਲੋਕਾਂ ਨੇ ਬੜੀਆਂ ਫਰਮਾਇਸ਼ਾਂ ਕੀਤੀਆਂ। ਚੌਧਰੀ ਅਖਤਰ ਭਾਈ ਬਹੁਤ ਮੋਹਤਰਮ ਪਾਵਰ ਦੇ ਮਾਲਕ, ਉਹਨਾਂ ਨੇ ਵੀ ਕਿਹਾ ਜੀ ਕਿ ਮੈਂ ਇੰਤਜ਼ਾਰ ਕਰਦਾ ਕਿ ਚੌਧਰੀ ਸ਼ਾਨੀ ਮੀਰਵਾਲ ਭਾਈ ਆਪਣੇ ਘਰੋਂ ਯੂਰੀ ਦਾ ਬੱਚਾ, ਮੇਰੇ ਬੀਟਲ ਦੇ ਬੱਚੇ ਪਾਵਰ ਨਾਲ ਗਾਂਢੀ ਕਰਨ। ਬਣਦਾ ਵੀ ਸੀ ਸ਼ੌਕ ਸ਼ਿਕਾਰ 'ਚ ਗੱਲਾਂ, ਗੱਪਸ਼ੱਪ, ਯੂਟਿਊਬ ਦੇ ਪ੍ਰੋਗਰਾਮ, ਗਾਂਢੀ ਜੋੜ, ਇਹੀ ਬਚਦੇ ਆ ਜੀ, ਜ਼ਰਾ ਜੋੜ ਫੇਮਸ ਹੋ ਜਾਂਦੇ। ਕੋਈ ਸ਼ੱਕ ਨਹੀਂ, ਯੂਰੋ ਦੀ ਹਾਈਟ ਓਰੀਜਨਲ ਪ੍ਰੋਗਰਾਮ ਪਹਿਲੇ ਵੀ ਆਪਾਂ ਲਾਇਆ ਸੀ, 31.5 ਜਾਂ 31 ਜੀ, 31.5 31 ਇੱਥੇ ਕਰਕੇ ਤਕਰੀਬਨ 31 ਜੀ, 31 ਲਾ ਲਓ, ਠੀਕ ਹੋ ਗਿਆ ਜੀ। ਇਸ ਟਾਈਮ ਹਾਲ ਮੌਕਿਆ ਯੂਰੋ ਦੀ ਉਮਰ, ਉਮਰ ਇਹਦੀ 3.5 ਸਾਲ ਜੀ, 3.5 3.5 ਤੋਂ 4 ਸਾਲ, 3.5 ਔਰ 4 ਸਾਲ ਦੇ ਦਰਮਿਆਨ ਜੀ। ਕਿਆ ਬਾਤ ਹੈ ਜੀ, ਕਿੰਨੇ ਮੈਚ ਲੜਿਆ ਜੀ? ਇੱਕ ਮੈਚ ਲੜਿਆ ਜੀ। ਇੱਕ ਮੈਚ ਕਿਹੜੇ ਗਰੁੱਪ ਦੇ ਖਿਲਾਫ ਲੜਿਆ ਜੀ? ਮੀਆਂ ਅਖਤਰ ਰਾਂਧੂ ਗਰੁੱਪ ਦੇ, ਪਾਕ ਇੰਟਰਨੈਸ਼ਨਲ ਮੀਆਂ ਅਖਤਰ ਰਾਂਧੂ ਗਰੁੱਪ, ਖਾਨ ਨਵੀਦ ਖਾਨ ਬਲੋਚ, ਇਹਨਾਂ ਦੇ ਕੁੱਤੇ ਨਾਲ ਲੜਿਆ, ਉਹਨਾਂ ਦਾ ਹੀ ਕੁੱਤਾ ਸੀ। ਕਿਆ ਬਾਤ ਹੈ, ਬੜੇ ਅੱਛੇ ਮੂੰਹ ਰੱਖਦਾ ਸੀ ਤਪਣੀ 'ਚ, ਉਹਨੇ ਕੁੱਤੇ ਦੀ ਮੱਤ ਮਾਰਤੀ ਸੀ, ਉਸੇ ਨਾਲ ਲੜਿਆ, ਨੌਕਆਊਟ ਹੋ ਗਿਆ, ਯੂਰੋ ਜਿੱਤ ਗਿਆ, ਯੂਰੋ ਜਿੱਤ ਗਿਆ। ਕਿਆ ਬਾਤ, ਯੂਰੋ ਅਤੇ ਪਾਵਰ ਜੀ ਗਾਂਢੀ ਹੋ ਗਏ ਜੀ, ਬਿਲਕੁਲ ਧੁੰਮਾਂ ਪੈ ਗਈਆਂ ਪੂਰੇ ਪਾਕਿਸਤਾਨ 'ਚ, ਪੂਰੀ ਦੁਨੀਆ 'ਚ, ਦੁਨੀਆ 'ਚ ਗੱਲਾਂ ਹੋਣ ਲੱਗ ਗਈਆਂ ਜੀ। ਕਿਆ ਬਾਤ ਹੈ, ਮੈਚ ਨੂੰ 14 ਚੰਦ ਲੱਗ ਗਏ, ਇਸ ਜੋੜ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਅੱਛਾ ਜੀ, ਗੇਮ ਹੋਏਗੀ, ਚੰਗੀ ਗੇਮ ਹੋਏਗੀ, ਚੰਗਾ ਕਰਕੇ ਕੀਤਾ। ਅੱਛਾ ਜੀ, ਸਰ ਸਾਰੇ ਚੰਗਾ ਕਰਕੇ ਹੀ ਕਰਦੇ ਹੈ, ਪਿਛਲੇ ਸਾਲ ਕਿਉਂ ਨਹੀਂ ਕੀਤਾ? ਪਿਛਲੇ ਸਾਲ ਹੈ ਸੀ ਕੋਈ ਵਜ੍ਹਾ, ਉਮਰ ਥੋੜ੍ਹੀ ਸੀ ਇਹਦੀ, ਪੂਰਾ ਸਾਡੇ ਮਿਆਰ ਦੇ ਕਾਬਲ ਨਹੀਂ ਸੀ,
ਇਸ ਦਫਾ ਯੂਰੋ ਚੌਧਰੀ ਸ਼ਾਨੀ ਮੀਰਵਾਲ ਬਾਈ ਨੇ ਔਰ ਤੁਸੀਂ ਥੱਲੇ ਦੇਤਾ ਜੀ, ਪੱਕੇ ਪੈਰੀ ਆਏ ਹੋ ਗਰਾਊਂਡ 'ਚ? ਪੱਕੇ ਪੈਰੀ ਜੀ। ਵਾਹ 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 ਵਾਹ, ਮਜ਼ਾ ਵੀ ਇਹਦੇ 'ਚ ਹੀ ਹੈ ਜੀ, ਅੱਲਾ ਖੈਰ ਕਰੇ। ਐਵੇਂ ਹੀ ਉਹ ਕੀ ਕਹਿੰਦੇ ਹੁੰਦੇ, ਰਗੜਾ ਕਢਾ ਲੈਣਾ, ਉਹਦਾ ਕੋਈ ਫਾਇਦਾ ਨਹੀਂ। ਸਹੀ ਫਾਇਦਾ। ਕਿਆ ਬਾਤ ਸਰ, ਤੁਸੀਂ ਕਦੋਂ ਤੋਂ ਸ਼ੌਕ ਕਰ ਰਹੇ ਹੋ? ਸ਼ੌਕ ਨਿੱਕੇ ਨਿੱਕੇ ਸਾਂ ਸ਼ਾਹ ਜੀ, ਉਦੋਂ ਦੇ ਹੀ ਕਰ ਰਹੇ ਹਾਂ ਅਸੀਂ। ਤਕਰੀਬਨ ਅਸੀਂ 8-9 ਸਾਲ ਦੇ, ਅਸੀਂ ਪਿੰਡ 'ਚ ਕੁੱਤਾ ਲੜਾਇਆ ਸੀ ਅਸੀਂ ਦੋਵਾਂ ਭਰਾਵਾਂ। ਕਿਆ ਬਾਤ ਹੈ, ਕਿਆ ਬਾਤ। 8-9 ਸਾਲ ਦੇ, 2004 'ਚ ਆਤਫ ਬਾਈ, ਰਾਜਾ ਆਤਫ ਬਾਈ ਦੱਸ ਰਿਹਾ ਬਾਈ ਤੁਹਾਡੇ ਸਰ। ਪਾਕਿਸਤਾਨ ਸ਼ੌਕ ਸ਼ਿਕਾਰ 'ਚ ਤੁਸੀਂ ਹੁਣ ਤੱਕ ਜਿਹੜੇ ਬਹੁਤ ਮਸ਼ਹੂਰ ਮਸ਼ਹੂਰ ਆਪਣੇ ਜਾਨਵਰ ਲੜਾਏ, ਮੈਨੂੰ ਉਹਨਾਂ ਦੇ ਨਾਂ ਦੱਸੋ। ਪਹਿਲਾਂ ਸੀ ਸਾਡੇ ਕੋਲ ਇੱਕ ਜੋਗੀ ਕੁੱਤਾ ਰੱਤੇ ਰੰਗ ਦਾ। ਅੱਛਾ ਜੀ। ਉਹ ਲੜਾਉਂਦੇ ਰਿਹਾ 5-6 ਸਾਲ ਉਹ ਲੜਿਆ। ਫਿਰ ਬਾਅਦ 'ਚੋਂ ਇੱਕ ਮਸਲਾ ਸਾਡਾ ਬਣ ਗਿਆ ਸੀ, 4-5 ਸਾਲ ਗਾਇਬ ਜੀ 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 ਜੀ, ਪ੍ਰੋਬਲਮ ਹੋ ਗਈ ਜੀ। ਮੁੜ ਕੇ ਫਿਰ ਛਿਣਾ ਕੁੱਤਾ ਸੀ ਇੱਕ ਸਾਡਾ, ਮਲਕਨੀਫ ਵਾਲਿਆ ਕੁੱਤਿਆਂ 'ਚੋਂ। ਅੱਛਾ ਜੀ, ਮਲਕਨੀਫ ਕੋਕਰ, ਮਲਕਨੀਫ 201 ਵਾਲੇ। ਅੱਛਾ, 201 ਵਾਲੇ ਮਲਕਨੀਫ ਬਾਈ, ਠੀਕ ਹੈ ਠੀਕ ਹੈ ਠੀਕ। ਉਹ ਕੁੱਤਾ ਅੱਛਾ ਤਪਦਾ ਸੀ ਲੇਕਿਨ ਲੜ ਨਹੀਂ ਸਕਿਆ ਕਿਸੇ ਵਜ੍ਹਾ ਤੋਂ। ਅੱਛਾ ਜੀ। ਫਿਰ ਮਸਤੂ ਆ ਗਿਆ। ਵਾਹ ਵਾਹ। ਮਸਤੂ ਫਿਰ 3-4 ਸਾਲ ਚੰਗੇ ਲਵਾਏ ਨਾ ਸਰ। ਮਸਤੂ ਘਰ ਦੀ ਬਰੀਡ ਸੀ ਜਾਂ ਕਿਧਰੋਂ ਗਿਫਟ ਆਇਆ ਸੀ? ਉਹ ਲਿਆ ਸੀ, ਮੁੱਲ ਲਿਆ ਸੀ। ਠੀਕ ਹੋ ਗਿਆ, ਠੀਕ ਹੋ ਗਿਆ, ਠੀਕ ਹੋ ਗਿਆ। ਕਿਆ ਬਾਤ। ਇਸ ਟਾਈਮ ਪਾਕਿਸਤਾਨ 'ਚ ਸ਼ੌਕ ਸ਼ਿਕਾਰ ਦੇ ਬਾਦਸ਼ਾਹ ਜੀ, ਦੱਸੋ ਕਿਹੜਾ ਸ਼ਿਕਾਰੀ ਬਾਈ ਜੀ? ਪਾਕਿਸਤਾਨ 'ਚ ਸ਼ੌਕ ਸ਼ਿਕਾਰ ਦੇ ਬਾਦਸ਼ਾਹ ਜਿਹੜੇ ਸ਼ੌਕ ਨੂੰ ਬਣਾਉਣ, ਜਿਹੜੇ ਐਸੇ ਪ੍ਰੋਗਰਾਮ ਨਾ ਮੈਦਾਨ 'ਚ ਜਾ ਕੇ ਕਰਨ ਜਿਹਦੀ ਵਜ੍ਹਾ ਤੋਂ ਸ਼ੌਕ ਸ਼ਿਕਾਰ ਖਰਾਬ ਹੋਵੇ, ਬੜਾ ਦਿਲ ਕੀਤਾ ਹੋਵੇ ਜਿਹਨੇ, ਉਹ ਬਾਈ ਦਾ ਮੈਨੂੰ ਦੱਸੋ ਜੀ। ਪਹਿਲੇ ਚਾਚਾ ਸਾਡਾ ਚੌਧਰੀ ਅਜ਼ਮਤ ਸਾਹਿਬ ਸੀ ਜੀ। ਅੱਛਾ ਜੀ। ਉਸ ਤੋਂ ਬਾਅਦ ਹੁਣ ਫਿਰ ਸਾਡਾ ਸ਼ਾਨੀ ਚੌਧਰੀ ਸ਼ਾਨੀ ਮੀਰਵਾਲ ਜੀ, ਉਹ ਸ਼ੌਕ ਸ਼ਿਕਾਰ ਦੇ ਬਾਦਸ਼ਾਹ। ਸ਼ੌਕ ਸ਼ਿਕਾਰ ਦੇ ਬਾਦਸ਼ਾਹ ਅਕਸਰ ਪਿੜਾਂ 'ਚ ਉਹਦੇ ਤੁਸੀਂ ਫੈਸਲੇ ਵੇਖੇ ਹੋਣੇ ਨੇ, ਅਸੀਂ ਤਾਂ ਉਹਨੂੰ ਅੱਗੇ ਗਿਣਾਂਗੇ। ਉਹਨੇ ਉਹ ਡਿਸਪਿਊਟਡ ਫੈਸਲੇ ਮਨਜ਼ੂਰ ਕੀਤੇ? ਬਿਲਕੁਲ ਕੀਤੇ। ਸਪੀਕਰ 'ਤੇ ਐਲਾਨ ਕੀਤਾ ਕਿ ਅਗਲੇ ਸਾਲ ਮੈਂ ਫਿਰ ਆਵਾਂਗਾ, ਮੇਰਾ ਇੰਤਜ਼ਾਰ ਕਰਨਾ। ਵਾਹ ਵਾਹ ਵਾਹ, ਬੇਲੀ ਉਹ ਬੜੀ ਅੱਛੀ ਗੱਲ ਕੀਤੀ ਰਾਜਾ ਨਾਤਕ ਭਾਈ ਨੇ ਕਿ ਉਹ ਹੀ ਸ਼ਿਕਾਰੀ ਬੜਾ ਹੈ ਜਿਹੜਾ ਇਤਫਾਕ ਰੱਖੇ, ਸੁਲਾ ਰੱਖੇ। ਮਸਤੂ ਤੇ ਫਰੰਗੀ ਵਾਲਾ ਫੈਸਲਾ ਤੁਸੀਂ ਵੇਖਿਆ ਹੋਣਾ ਜੀ ਜੀ, ਉਹ ਵੀ ਉਹਨੇ ਕਬੂਲ ਕੀਤਾ, ਉਹ ਵੀ ਸ਼ਾਨੀ ਮੀਰਵਾਲ ਭਾਈ ਨੇ ਕੰਮ ਸੀ। ਜਿੱਤਿਆ ਕੁੱਤਾ ਰਵਾਇਆ ਲੇਕਿਨ ਰੋਲਾ ਨਹੀਂ ਪਾਇਆ, ਅਗਲੇ ਸਾਲ ਫਿਰ ਕੁੱਤਾ ਲਾਇਆ, ਫਿਰ ਅੱਗੋਂ ਬਾਸ਼ੂ ਤੇ ਫਰੰਗੀ ਫਿਰ ਲੱਗੇ ਲੱਗੇ ਮੰਡੀ ਬਾਬਾ ਦੀ ਨੈਦ ਕੀ ਕਸ਼ਮੀਰੀਆਂ ਦਾ ਤਾਂ ਲਾਹੌਰ ਵਾਲਿਆਂ ਦਾ ਮੈਚ ਸੀ, ਉਹ ਵੀ ਤੁਸੀਂ ਵੇਖਿਆ ਹੋਣਾ। ਮੈਂ ਦੇਖਿਆ ਜੀ, ਤੁਸੀਂ ਆਪਣੀ ਜ਼ਬਾਨੀ ਦੱਸੋ, ਮੈਂ ਤਾਂ ਨਹੀਂ ਬੋਲ ਸਕਦਾ ਨਾ। ਉਹਦੇ 'ਚ ਵੀ ਕੋਈ ਪ੍ਰੋਬਲਮ ਹੋ ਗਈ ਸੀ? ਉਹਦੇ ਸਾਰਿਆਂ ਦੇਖ ਲਿਆ, ਠੀਕ ਹੈ, ਕਿਸੇ ਨੂੰ ਕੋਈ ਭੁੱਲ ਤੇ ਗਈ ਨਹੀਂ। ਤੁਸੀਂ ਇਸ ਬੇਸ ਤੇ ਕਹਿੰਦੇ ਹੋ ਕਿ ਸ਼ਾਨੀ ਮੀਰਵਾਲ ਬੜੇ ਦਿਲ ਦੇ ਮਾਲਕ ਹੈ, ਕੋਈ ਫੈਸਲਾ ਛੋਟਾ ਮੋਟਾ ਵੀ ਹੋ ਜਾਏ ਤਾਂ ਕਬੂਲ ਕਰਦੇ, ਕਹਿੰਦੇ ਕੋਈ ਮਸਲਾ ਨਹੀਂ? ਕੋਈ ਮਸਲਾ ਨਹੀਂ, ਫਿਰ ਸਹੀ। ਕਿਆ ਬਾਤ ਹੈ, ਬਹੁਤ ਅੱਛੀ ਗੱਲ ਕੀਤੀ, ਬਹੁਤ ਅੱਛੀ ਗੱਲ ਕੀਤੀ। ਤੁਹਾਡਾ ਪਸੰਦੀਦਾ ਮੈਚ ਜ਼ਿੰਦਗੀ ਦਾ? ਪਸੰਦੀਦਾ ਮੈਚ ਯੂਰੀ ਦਾ ਅਤੇ ਬੀਤਲ ਦਾ, ਜਿਹੜਾ ਇੱਥੇ ਅੱਗੇ ਕੋਈ ਸਾਡੇ ਹੋਇਆ ਸੀ। ਕਿਆ ਬਾਤ, ਪਾਕਿਸਤਾਨ ਦੀ ਤਾਰੀਖ 'ਚ ਇੰਨੀ ਦੁਨੀਆ ਮੈਂ ਨਹੀਂ ਦੇਖੀ। ਅਤੇ ਉਸ ਤੋਂ ਪਹਿਲਾਂ ਹੋਇਆ ਸੀ ਮੈਚ, ਸ਼ੰਕਰ ਅਤੇ ਬੀਤਲ ਲੜੇ ਸੀ 48 48 ਕਲਾਂ। ਵਾਹ, ਬਹੁਤ ਵੱਡਾ ਮੈਚ, ਇਹ ਦੋ ਮੈਚ ਬਹੁਤ ਬੜੇ ਸੀ, ਬਹੁਤ ਵੱਡੇ ਹੋਏ ਸੀ। ਮਿਰਜ਼ਾ ਨਦੀਮ ਆਫ ਜੇਲਮ ਜੀ, ਉਹਨਾਂ ਦਾ ਕੁੱਤਾ ਡੌਨ ਗਲੂਆਂ ਵਾਲਾ ਲਿਆ, ਗਲੂਆਂ ਵਾਲਾ ਲਿਆ ਜੀ, ਉਹ ਤੁਹਾਡੀ ਤਰਫੋਂ ਲੜੇਗਾ ਜੀ ਬਾ ਮੁਕਾਬਲਾ ਸ਼ਰਾਬੀ। ਸ਼ਰਾਬੀ ਨਾਲ, ਸ਼ਰਾਬੀ ਦੇ ਮਾਲਕ ਮਲਿਕ ਕਾਮਰਾਨ ਅਵਾਂਡ, ਚੌਧਰੀ ਵਿਕਾਸ ਬਾਜਵਾ ਸਰਗੋਦੇ ਨਾਲ ਬੇਲੀਆਂ ਦਾ ਬਹੁਤ ਪਿਆਰਾ ਤਲਕ ਸਰ। ਇਹ ਮੁਕਾਬਲਾ ਕੈਸਾ ਹੋਏਗਾ? ਸ਼ਰਾਬੀ ਇੱਕ ਬ੍ਰਾਂਡ ਹੈ ਅਤੇ ਮਾੜਾ ਗਲੂ ਵਾਲਾ ਵੀ ਨਹੀਂ, ਉਹਦੀ ਤੁਸੀਂ ਲੜ ਵੇਖੀ ਹੈ, ਪਤਾ ਲੱਗੇਗਾ ਵਾਮ ਨੂੰ। ਅੱਛਾ, ਅੱਛੀ ਗੇਮ ਕਰਨਗੇ ਦੋਵੇਂ। ਕਿੰਨੇ ਨੰਬਰ ਦਿੰਦੇ ਹੋ ਜੀ ਗਲੂਆਂ ਵਾਲੇ ਨੂੰ?
ਫਲੋ ਵਾਲੇ ਨੂੰ 70 ਦੇਣਾ ਜੀ, ਸ਼ਰਾਬੀ ਨੂੰ 30 ਦੇਣਾ। ਕਿਆ ਬਾਤ, ਕਿਆ ਬਾਤ ਬਿਲਿਆ। ਸੱਜਣਾ ਪਿਆਰੇ ਭਾਈਆ, ਆਪਣੇ ਆਪਣੇ ਮਾਣ ਤਰਾਣ ਹੁੰਦੇ ਆਪਣੇ ਆਪਣੇ ਜਾਨਵਰਾਂ ਤੇ, ਆਪਣੇ ਗਰੁੱਪ ਦੇ ਜਾਨਵਰਾਂ ਤੇ। ਕੋਈ ਸ਼ੱਕ ਨਹੀਂ। ਕਿਆ ਬਾਤ, ਕਿਆ ਬਾਤ। ਕੁੱਤਿਆਂ ਦੇ ਗਾਟੇ ਗਰਦਨ ਬੜੀ ਮਜ਼ਬੂਤ ਹੋਣੀ ਚਾਹੀਦੀ। ਸ਼ੌਕ ਸ਼ਿਕਾਰ ਦੀ ਗੱਲ ਹੈ, ਸ਼ਿਕਾਰੀ ਭਾਈਆਂ ਨੂੰ ਦੱਸੋ ਕਿਸ ਤਰ੍ਹਾਂ ਮਜ਼ਬੂਤ ਹੋ ਸਕਦੀ, ਜਿਹਨੇ ਮਰੋੜਾ ਮਾਰਨਾ, ਜਿਹਨੇ ਮੋੜਾ ਮਰਾੜ ਕੇ ਚੱਕ ਛਡਾਉਣਾ, ਉਹ ਗਰਦਨ ਦਾ ਕੰਮ ਹੈ। ਜਿਹਨੇ ਖੁਰਾਕ ਖਾਧੀ ਹੈ ਨਾ, ਹਾਂਜੀ ਠੀਕ ਹੈ, ਉਹਨੂੰ ਕੋਈ ਨਹੀਂ ਦੇਖ ਸਕਦਾ। ਜਿਹਨੇ ਪਾਣਾ ਹੀ ਕੱਖ ਨਹੀਂ, ਸੁੱਕੀਆਂ ਟੁੱਕਰਾਂ ਦਾ ਜਾਂ ਸੇਵੀਆਂ ਬਾਲ ਕੇ ਕੁੱਤੇ ਤਿਆਰ ਕਰਨੇ ਨੇ, ਹਾਏ ਹੋਏ, ਸੇਵੀਆਂ ਨਾਲ ਕੁੱਤੇ ਤਿਆਰ ਨਹੀਂ ਹੁੰਦੇ। ਠੀਕ ਹੈ ਸਰ, ਤੁਸੀਂ ਆਪਣੇ ਜਾਨਵਰਾਂ ਨੂੰ ਛੋਟਾ ਗੋਸ਼ਤ ਪਾਉਂਦੇ ਹੋ ਜਾਂ ਬੜਾ? ਛੋਟਾ ਹੀ ਪਾਈਦਾ, ਬੜਾ ਹੀ ਪਾਈਦਾ, ਦੋਵੇਂ ਇਸਤੇਮਾਲ ਕਰੀਏ। ਤਿਆਰੀ ਦੇ ਦੌਰਾਨ ਜ਼ਿਆਦਾ ਛੋਟਾ ਪਾਈਦਾ। ਵਾਹ ਵਾਹ, ਆਮ ਰੂਟੀਨ 'ਚ ਬੜਾ ਵੀ ਛੋਟਾ ਵੀ ਮਿਕਸ ਹੀ ਚੱਲਦਾ ਤਕਰੀਬਨ। ਛੋਟੇ ਬੱਚੇ ਜਦੋਂ ਕੁੱਤੀਆਂ ਦੇ ਥੱਲੇ ਹੁੰਦੇ 15-15 ਦਿਨਾਂ ਦੇ, 20-20 ਦਿਨਾਂ ਦੇ, ਪੈਰ ਟੇੜੇ ਹੋ ਜਾਂਦੇ ਮਹੀਨੇ ਤੱਕ ਵਾਲਿਆਂ ਦੀ ਵਜ੍ਹਾ? ਕੈਲਸ਼ੀਅਮ ਨਹੀਂ ਦਿੰਦੇ, ਵਿਟਾਮਿਨ ਨਹੀਂ ਦਿੰਦੇ, ਵਿਟਾਮਿਨ ਤੇ ਕੈਲਸ਼ੀਅਮ ਦੀ ਕਮੀ, ਉਹਦੀ ਖਾਸ ਕਮੀ ਹੁੰਦੀ ਹੈ, ਕੈਲਸ਼ੀਅਮ ਨਹੀਂ ਦਿੰਦੇ, ਉਹਦੀ ਵਜ੍ਹਾ ਤੋਂ ਹੁੰਦਾ। ਵਜ਼ਨ ਦਾ ਵੀ ਕੋਈ ਅਮਲ ਦਖਲ ਹੁੰਦਾ? ਤੇ ਵਜ਼ਨ ਜਿੰਨਾ ਵੀ ਹੋ ਜਾਏ, ਜੇ ਕੈਲਸ਼ੀਅਮ ਨਾਲ ਨਹੀਂ ਹੋਣਾ, ਠੀਕ ਹੈ, ਉਹ ਹੱਡੀ ਨੂੰ ਮਜ਼ਬੂਤ ਨਹੀਂ ਕਰਦਾ। ਬਹੁਤ ਅੱਛੇ ਭਾਈ, ਕਿਆ ਬਾਤ, ਕਿਆ ਬਾਤ। ਜਦੋਂ ਤਿਆਰੀ ਕਰਾਉਂਦੇ ਹੋ ਜਾਨਵਰ ਦੀ, ਕਿਵੇਂ ਪਤਾ ਚੱਲਦਾ ਕਿ ਹੁਣ ਜਾਨਵਰ ਤਿਆਰ ਹੋ ਗਿਆ? ਜਿਹੜਾ ਅੰਦਰੋਂ ਫਿੱਟ ਹੋਏਗਾ ਨਾ, ਤਾਂ ਉਹਨੇ ਉੱਤੋਂ ਆਪਣੇ ਆਪ ਹੀ ਦੱਸ ਦੇਣਾ ਕੁੱਤਾ ਵੀ ਮੈਂ ਫਿੱਟ ਹਾਂ। ਅੰਦਰ ਤੋਂ ਕੀ ਮਰਾਦ? ਜਿਗਰ ਠੀਕ ਹੋਏਗਾ, ਮੈਦਾ ਠੀਕ ਹੋਏਗਾ, ਹਾਜ਼ਮਾ ਉਹਦਾ ਠੀਕ ਹੋਏਗਾ, ਖੁਰਾਕ ਠੀਕ ਲਏਗਾ। ਬੇਲੀਓ ਬੜੀ ਗੱਲ ਕੀਤੀ ਰਾਜੇ ਨਾਤਕ ਨੇ, ਜਿਹਦਾ ਜਿਗਰ ਅਤੇ ਮੈਦਾ ਠੀਕ ਹੋਏਗਾ, ਉਹ ਅੰਦਰੋਂ ਫਿੱਟ ਹੋਏਗਾ, ਉਹ ਆਪਣੀ ਖੁਰਾਕ ਪੂਰੀ ਖਾਏਗਾ, ਉਹ ਹੀ ਫਿੱਟ ਹੋਏਗਾ, ਉਹ ਹੀ ਫਿੱਟ ਹੋਣਾ। ਕਿਆ ਬਾਤ ਹੈ, ਉਹ ਅਗਰ ਅੰਦਰੋਂ ਫਿੱਟ ਹੈ ਤਾਂ ਨਾਤਕ ਭਾਈ ਭਾਵੇਂ ਕਿੱਲੇ ਤੋਂ ਖੋਲ੍ਹ ਕੇ ਤਪਾ ਲਓ 10 ਮਿੰਟ ਤਾਂ ਉਹ ਬੁੱਬਾ ਨਹੀਂ ਹੁੰਦਾ, ਉਹਨੂੰ ਕੁਛ ਵੀ ਨਹੀਂ ਹੁੰਦਾ। ਵਾਹ 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 ਸਰ, ਅੱਛਾ ਸਾਲ ਹੈ ਪਾਕਿਸਤਾਨ 'ਚ, ਬੜਾ ਮੁਸ਼ਕਿਲ ਸਵਾਲ ਹੈ, ਲੇਕਿਨ ਸਾਰੇ ਹੀ ਆਪਣੇ ਭਰਾ, ਲੇਕਿਨ ਤੁਸੀਂ ਦੱਸਣਾ ਮੈਨੂੰ। ਸਭ ਤੋਂ ਪਹਿਲਾਂ ਅਖਤਰ ਖਾਨ ਸਲਦੇਰਾ ਖਾਨ, ਬਹੁਤ ਅੱਛਾ ਸਾਲ ਹੈ ਫਿਰ ਖਾਨ, ਅਖਤਰ ਖਾਨ ਸਲਦੇਰਾ, ਕੱਚੀ ਪੱਕੀ ਬੁਰੇ ਵਾਲਾ, ਉਹਦਾ ਆਪਣਾ ਕੁੱਤਾ ਹੋਵੇ ਤਾਂ ਵੀ ਨਹੀਂ ਕਰਨ ਲੱਗਾ। ਕਿਆ ਬਾਤ ਹੈ, ਗੁੱਡ। ਇੱਕ ਹੋਰ ਦੱਸੋ ਜੀ, ਮਲਿਕ ਆਸ਼ਕ ਅਵਾਨ, ਓ ਸਦਰ ਪਾਕ ਅਵਾਨ ਗਰੁੱਪ, ਮਲਿਕ ਆਸ਼ਕ ਅਵਾਨ, ਬਹੁਤ ਅੱਛੇ ਸਾਲ। ਚੰਗਾ ਸ਼ਿਕਾਰੀ ਕਿਹਨੂੰ ਕਹਿੰਦੇ? ਚੰਗਾ ਸ਼ਿਕਾਰੀ ਉਹ ਹੀ ਹੈ ਜਿਹੜੇ ਘਰ ਦੀ ਬਰੀਡ ਤਿਆਰ ਕਰੇ, ਅੱਛਾ ਸ਼ੋਸ਼ਕਾਰ ਕਰੇ, ਰੋਏ ਨਾ ਬੋਤਾ, ਹਾਏ ਹੋਏ, ਫੈਸਲੇ ਕਬੂਲ ਕਰੇ। ਵਾਹ ਵਾਹ ਰਾਜਾ ਨਾਤਕ ਭਾਈ, ਤੁਹਾਡੀ ਉਮਰ ਕੁੱਤਾ ਕਦੀ ਜ਼ਿੰਦਗੀ 'ਚ ਉਹਦਾ ਇੱਕ ਅੱਧੀ ਵਾਰੀ ਹਾਰ ਗਿਆ ਤਾਂ ਉਹਨੇ ਰੋਂਦਾ ਹੀ ਰਹਿਣਾ, ਉਹ ਸ਼ਿਕਾਰੀ ਤੇ ਨਾ ਹੋਇਆ। ਛੋਟੀ ਉਮਰ ਹੈ, ਤਜਰਬਾ ਤੁਹਾਡਾ ਬਹੁਤ ਹੈ, ਬੜੀ ਅੱਛੀ ਗੱਲ ਕੀਤੀ ਹੈ ਕਿ ਦਿਲ ਬੜਾ ਕਰਨਾ ਚਾਹੀਦਾ, ਬੜਾ ਸ਼ਿਕਾਰੀ ਕਿਸੇ ਕਿਸੇ ਦਾ ਕੰਮ ਹੈ। ਵਾਹ 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 ਵਾਹ, ਬਿਲਕੁਲ, ਹਰ ਕੋਈ ਨਹੀਂ ਕਰਦਾ, ਬਹੁਤ ਅੱਛਾ, ਬਹੁਤ। ਸਰ ਛੋਟਾ ਬੱਚਾ ਜਦੋਂ ਕੁੱਤੀ ਸੂੰਦੀ ਹੈ ਜੀ, ਆਪਣੀ ਮਾਂ ਦਾ ਦੁੱਧ ਕਦੋਂ ਤੱਕ ਪੀਂਦਾ ਹੈ ਜੀ? 40-45 ਦਿਨ ਤੱਕ ਤਕਰੀਬਨ, ਫਿਰ ਦੁੱਧ ਖਤਮ, ਖੁਸ਼ਕ ਹੋ ਜਾਂਦਾ, ਖੁਸ਼ਕ ਹੋ ਜਾਂਦਾ, ਕਿਤੇ ਦਾ ਦੁੱਧ ਖਤਮ ਹੋ ਜਾਂਦਾ, ਉਸ ਤੋਂ ਬਾਅਦ ਆਪਣਾ ਦੁੱਧ ਜਿਹੜਾ ਮੱਝਾਂ ਦਾ, ਗਾਂ ਦਾ, ਗਾਂ ਦਾ ਉਹ ਲਾਈਦਾ, ਜ਼ਿਆਦਾ ਗਾਂ ਦਾ ਇਸਤੇਮਾਲ ਕਰੀਦਾ, ਜ਼ਿਆਦਾ ਗਾਂ ਦਾ। ਸਰ ਕਿਆ ਬਾਤ ਹੈ, ਸਰ ਮੈਂ ਇੱਕ ਤੁਹਾਡੀ ਵਹਿੜ ਦੇਖੀ ਜੀ, ਨੁਕਰੀ ਜੀ, ਸਰ ਉਹ ਮੈਨੂੰ ਦਿਖਾਓ, ਆਓ ਆਓ ਉੱਠੋ। ਸੱਜਣੋ ਅਤੇ ਬੇਲੀਓ, ਪਿਆਰੇ ਭਾਈਓ, ਕਿਆ ਬਾਤ ਹੈ ਜੀ, ਨੁਕਰੇ ਘੋੜੇ ਤਾਂ ਦੇਖੇ ਸੀ ਅੱਜ ਤੱਕ। ਬੇਲੀਓ ਰਾਜਾ ਨਾਤਕ ਭਾਈ, ਰਾਜਾ ਆਤਫ ਭਾਈ, ਉਹਨਾਂ ਦੇ ਡੇਰੇ ਤੇ ਨੁਕਰੀ ਵੈੜ। ਆਤਫ ਭਾਈ ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਸ਼ਾਹ ਜੀ। ਆਤਫ ਭਾਈ ਕੈਸੇ ਆਪ? ਅਲਹਮਦੁਲਿਲਾ। ਸਾਰੇ ਨੁਕਰੀ ਵੈੜ ਕਿੱਥੋਂ ਲੈ ਆਉਂਦੀ ਜੀ? ਸਰ ਮੇਰਾ ਵੀ ਸ਼ੌਕ ਸੀ, ਪਰੇਸ਼ਾਨੀ ਦਾ ਸ਼ੌਕ ਸੀ। ਅੱਛਾ, ਨੁਕਰੇ ਘੋੜੇ ਤੇ ਹਰ ਕਿਸੇ ਵੇਖਣ? ਹਾਂਜੀ, ਨੁਕਰੀਆਂ ਗਾਵਾਂ, ਨੁਕਰੀਆਂ ਬੱਚੀਆਂ ਕਿਸੇ ਨਹੀਂ ਦੇਖੀਆਂ? ਨਹੀਂ ਦੇਖੀਆਂ ਜੀ, ਮੈਂ ਹੈਰਾਨ ਹੋ ਗਿਆ ਅੱਜ ਦੇਖ ਕੇ।
ਸਰ ਇਹਦੀ ਕਿੰਨੀ ਉਮਰ ਜੀ ਰਾਜਾ ਆਤਮ ਭਾਈ ਜਾਨ? ਤਕਰੀਬਨ ਸ਼ਾਹ ਜੀ 2 ਮਹੀਨੇ। ਵਾਹ ਵਾਹ, ਬਹੁਤ ਅੱਛੀ ਸਾਂਪ ਹੈ, ਗੋਲ ਮਟੋਲ ਮੇਲੀ, ਉਹ ਅੱਖਾਂ ਦੇ ਭਰਵੱਟੇ ਵੀ ਸਫੈਦ, ਆਹ ਨੁਕਰੀ ਵੈੜ, ਕਿਆ ਬਾਤ ਹੈ, ਵਾਈਟ, ਟੋਟਲ ਵਾਈਟ, ਨੁਕਰੀ ਵੈੜ, 2 ਮਹੀਨੇ ਉਮਰ। ਬਾਈ ਇਹ ਆਪਣੇ ਘਰ ਦੀ ਸੋਈ ਜਾਂ ਮੁੱਲ ਲਈ? ਨਹੀਂ ਸ਼ਾਹ ਜੀ ਖਰੀਦੀ ਹੈ। ਆ ਤਾਂ ਬਾਈ ਮਜ਼ਾ ਆ ਗਿਆ ਜੀ, ਨੁਕਰੀ ਵੈੜ, ਉਮਰ 2 ਮਹੀਨੇ, ਬਹੁਤ ਅੱਛਾ ਬਹੁਤ ਅੱਛਾ। ਬੇਲੀਓ ਅਤੇ ਸੱਜਣੋ, ਸਵਿਮਿੰਗ ਪੂਲ, ਇਹ ਜਨਾਬ ਨੁਕਰੀ ਵੈੜੀ ਦੀ ਮਾਂ ਜੀ, ਬੜੀ ਬੜੀ ਨੁਕਰੀ, ਕਿਆ ਬਾਤ ਹੈ ਜੀ, ਟਿਊਬਲ ਚੱਲਦਾ ਪਿਆ ਜੀ। ਬਾਈ ਗਾਵਾਂ ਤਾਂ ਨਹੀਂ ਨਲਾਉਂਦੇ ਲੋਕ? ਸ਼ਾਹ ਜੀ ਗਰਮੀ ਦੀ ਵਜ੍ਹਾ ਤੋਂ ਅਸੀਂ ਨਲਾਉਂਦੇ ਹੁੰਦੇ ਹਾਂ। ਵਲੈਤੀਆਂ ਨੂੰ ਨਲਾਉਣਾ ਪੈਂਦਾ ਹੈ, ਲਾਜ਼ਮੀ ਹੈ, ਕਮ ਅਜ਼ ਕਮ 1-2 ਤੋਂ 4 ਘੰਟੇ ਵਾਸਤੇ, ਇਹ ਜਿਹੜੇ ਗਰਮੀ ਦੇ ਹੁੰਦੇ ਨੇ 12 ਤੋਂ 4 ਵਜੇ ਤੱਕ, ਜੀ ਜੀ ਇਹ ਜ਼ਰੂਰੀ ਹੈ, ਜਾਂ ਸ਼ਾਵਰ ਹੋ ਜਾਣ ਜਾਂ ਨਲਾ ਦਿਓ ਜੀ। ਰਾਜਾ ਆਤਫ ਬਾਈ ਕਿਆ ਬਾਤ ਹੈ, ਬੇਲੀਓ ਅਤੇ ਸੱਜਣੋ, ਇਹ ਦੇਖੋ ਨਾ ਜੀ, ਸਵਿਮਿੰਗ ਪੂਲ 'ਚ ਬਹੁਤ ਖੂਬਸੂਰਤ ਗਾਈਆਂ ਖੜੀਆਂ ਜਗਾਲੀਆਂ ਕਰਦੀਆਂ ਜੀ, ਬਹੁਤ ਉਮਦਾ ਜੀ, ਬਹੁਤ ਉਮਦਾ ਜੀ, ਬਹੁਤ ਉਮਦਾ ਜੀ। ਰਾਜਾ ਸ਼ਫਕਤ ਭਾਈ ਮੇਰੇ ਭਾਈ ਹੈ ਜੀ, ਰਾਜਾ ਨਾਤਕ ਦੇ, ਰਾਜਾ ਆਤਫ ਦੇ ਅੱਬੂ, ਉਹਨਾਂ ਦਾ ਸ਼ੌਕ ਜੀ। ਇਹ ਦੇਖੋ ਨਾ ਜੀ, ਥੱਲੇ ਕਿਧਰੇ ਪਾਣੀ ਦਾ ਪੈਪ ਦੱਬਿਆ ਆ ਬੇਲੀਓ, ਇਹ ਘੁੰਮ ਘੁੰਮਾ ਕੇ ਪਤਾ ਨਹੀਂ ਕਿੱਧਰੋਂ ਆਉਂਦਾ ਜੀ, ਗਾਈਆਂ ਅੰਡਰਗਰਾਊਂਡ ਜੀ, ਟੂਵੈਲ ਦਾ ਕਿਧਰੇ ਬਾਹਰ ਲੱਗਾ ਹੈ ਜੀ, 1 ਏਕੜ ਦੂਰ ਜੀ, ਕਿਆ ਬਾਤ ਹੈ ਜੀ, ਬਹੁਤ ਬਹੁਤ ਅੱਛਾ ਮਾਹੌਲ ਜੀ। ਜਾਨਵਰ ਜਾਨਦਾਰ ਚੀਜ਼ਾਂ ਜੀ, ਇਹਨਾਂ ਨੂੰ ਵੀ ਗਰਮੀ ਤੋਂ ਬਚਾਉਣਾ ਚਾਹੀਦਾ, ਬਹੁਤ ਅੱਛਾ ਬੰਦੋਬਸਤ। ਨਾਤਕ ਭਾਈ ਜੀ, ਸਾਰੀਆਂ ਹੀ ਵਲੈਤਣਾਂ ਜੀ ਸ਼ਾਹ ਜੀ, ਅਤੇ ਮੱਝਾਂ? ਮੱਝਾਂ ਉਸ ਸਾਈਡ ਤਿੰਨ ਸ਼ਾਹ ਜੀ, ਉਹ ਆਓ ਅੱਜ ਮੱਝਾਂ ਵੀ ਦੇਖੀ। ਬੇਲੀਓ ਅਤੇ ਸੱਜਣੋ, ਰਾਜਾ ਆਤਫ ਭਾਈ ਲਾਡਲਾ ਵੀਰ, ਕਿਆ ਬਾਤ ਹੈ ਜੀ, ਉਹਨਾਂ ਦਾ ਡੇਅਰੀ ਫਾਰਮ ਜੀ, ਬਹੁਤ ਅੱਛੇ ਜਾਨਵਰ, ਇਹ ਇਹ ਹੋਣਗੇ ਤਾਂ ਸਾਡਾ ਤੁਹਾਡਾ ਸ਼ੌਕ ਸ਼ਿਕਾਰ ਚੱਲੇਗਾ, ਕਿਉਂਕਿ ਸ਼ੌਕ ਸ਼ਿਕਾਰ ਦਾ ਦੁੱਧ ਨਾਲ ਬਹੁਤ ਤਲਕ ਹੈ, ਮੱਝਾਂ ਦਾ ਹੋਣਾ, ਗਾਈਆਂ ਦਾ ਹੋਣਾ ਬਹੁਤ ਜ਼ਰੂਰੀ ਹੈ। ਆਤਫ ਭਾਈ ਬਹੁਤ ਅੱਛੇ ਜਾਨਵਰ, ਸਾਫ਼ ਸੁਥਰੇ ਔਰ ਸਿਹਤਮੰਦ, ਬੜੀ ਅੱਛੀ ਮਿਹਨਤ। ਸਰ ਕਿਹੜੀ ਨਸਲ ਦੀਆਂ? ਸਰ ਨੀਲੀ ਰਾਵੀ ਦੀਆਂ, ਸਾਡੀ ਘਰ ਦੀ ਬਰੀਡ। ਨੀਲੀ ਰਾਵੀ ਘਰ ਦੀ ਬਰੀਡ ਜੀ। ਸਰ ਬਰੀਡਰ ਬਹੁਤ ਅੱਛਾ, ਉਹ ਸਾਹਮਣੇ ਜੀ, ਉਹ ਹਾਜੀ ਸ਼ੌਕਤ ਸਾਹਿਬ ਦੇ ਬਾਬਰ ਝੋਟੇ ਦਾ ਬੱਚਾ ਜੀ। ਹੋ ਵਾਹ ਵਾਹ ਵਾਹ, ਲਿਆ ਇਹਨੂੰ ਫੜ ਕੇ ਕਰੀਬ ਪਿਆਰੇ ਭਾਈ। ਫੜੀਣਾ ਕੋਈ ਨੇ? ਅੱਛਾ ਅੱਛਾ, ਥੋੜ੍ਹਾ ਡਰਦਾ। ਸਰਦਾਰ ਹਾਜੀ ਸ਼ੌਕਤ, ਸਰਦਾਰ ਹਾਜੀ ਯੂਸਫ ਡੋਗਰ ਮੁਲਤਾਨ ਵਾਲੇ, ਉਹਨਾਂ ਦੇ ਕਰੋਪ ਕਰ ਲੈਣੇ ਜੀ, ਇਹ ਬਾਬਰ ਦਾ ਬੱਚਾ ਜੀ, ਕਿਆ ਬਾਤ ਜੀ, ਕਿਆ ਬਾਤ ਹੈ ਜੀ। ਲਓ ਬੇਲੀਓ, ਇਹ ਬਰੀਡਰ ਜੀ ਬਹੁਤ ਅੱਛਾ, ਛੋਟੀ ਵੱਖੀ ਸਿੰਘੀ ਸਿੰਘ ਕੁੰਡੀ, ਸਫੈਦ ਅੱਖ ਅਤੇ ਵਿੱਚ ਡੋਰਾ, ਬਹੁਤ ਵਧੀਆ ਜੀ, ਆਂਟਾਂ ਟੈਸਟੀਜ਼ ਪਿੱਛੇ ਨੂੰ, ਤਾਂ ਕਿ ਮੱਝਾਂ ਦੇ ਲੇਵੇ ਪਿੱਛੇ ਨਿਕਲਣ। ਇਹ ਗੱਲਾਂ ਮੈਂ ਬਾਬੂ ਅਮਜਦ ਭੱਟ ਸਾਹਿਬ ਤੋਂ ਸਿੱਖੀਆਂ ਜੀ, ਆਪਣੇ ਉਸਤਾਦ ਤੋਂ, ਸਦਰ ਪਾਕ ਲਾਹੌਰ ਗਰੁੱਪ ਜੀ। ਇਹ ਬੇਲੀਓ ਬਰੀਡਰ ਭਾਈ, ਇਹ ਬਰੀਡਰ ਕਿਤਨੀ ਦੇਰ ਤੱਕ ਤੋਂ ਤੁਹਾਡੇ ਕੋਲ ਜੀ? ਰਾਜਾ ਸਾਹਿਬ ਜੀ ਅਸੀਂ 3 ਸਾਲ ਪਹਿਲੇ ਲਿਆਂਦਾ ਸੀ। ਸਰ ਉਦੋਂ ਕਿੱਡਾ ਕੁ ਸੀ? ਤਕਰੀਬਨ ਇਸ ਕੱਟੀ ਜਿੱਡਾ, ਇਸ ਤੋਂ ਥੋੜ੍ਹਾ ਜ਼ਿਆਦਾ ਸੀ, 8-7 ਮਹੀਨਿਆਂ ਦਾ ਸੀ, ਸਾਲ ਦਾ। ਅੱਛਾ, ਸਾਲ ਦਾ ਲਿਆਂਦਾ ਸੀ ਤਕਰੀਬਨ। ਹਾਜੀ ਸ਼ੌਕਤ ਸਾਹਿਬ, ਹਾਜੀ ਯੂਸਫ ਸਾਹਿਬ ਮੁਲਤਾਨ ਵਾਲੇ ਡੋਗਰ ਬਰਾਦਰਾਂ, ਚਾਚਾ ਸਹਾਕ ਹੈ ਸਾਡਾ ਇੱਥੋਂ 200-413 ਦਾ, ਸਰਦਾਰ ਇਸਹਾਕ ਡੋਗਰ, ਬਿਲਕੁਲ ਆਪਣਾ ਸ਼ਿਕਾਰੀ ਵੀਰ ਲਾਡਲਾ, ਬਿਲਕੁਲ ਜੀ ਬਿਲਕੁਲ, ਇਹਦੇ 'ਚ ਉਹਨਾਂ ਦੀਆਂ ਵੀ ਮੁਹੱਬਤਾਂ ਸ਼ਾਮਿਲ? ਜੀ ਬਿਲਕੁਲ। ਅੱਛਾ 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 ਅੱਛਾ, ਰਾਜਾ ਆਤਫ ਭਾਈ ਅੱਲਾ ਖੁਸ਼ ਰੱਖੇ, ਮਜ਼ਾ ਆ ਗਿਆ ਜੀ।
ਬਹੁਤ ਵਧੀਆ ਸ਼ੌਕ ਜੀ, ਬਹੁਤ ਵਧੀਆ ਸ਼ੌਕ, ਬਹੁਤ ਸ਼ੁਕਰੀਆ ਜੀ। ਜਨਾਬੇ ਅਲੀ ਚੌਧਰੀ ਫਾਰੂਕ ਲਾਡਲਾ ਵੀਰ, ਕੀ ਹਾਲ ਜੀ? ਅਸਲਾਮ ਅਲੈਕਮ ਜੀ। ਵਾਸਲਾਮ। ਕੈਸਾ ਸ਼ੌਕ ਸ਼ਿਕਾਰ ਜਾ ਰਿਹਾ ਜੀ? ਸ਼ੁਕਰ ਅਲਹਮਦੁਲਿਲਾ ਜੀ, ਠੀਕ ਠਾਕ। ਸਰ ਤੁਹਾਡੀਆਂ ਮੁਹੱਬਤਾਂ ਰਾਜਾ ਨਾਤਕ ਭਾਈ ਨਾ, ਆਤਫ ਭਾਈ ਨਾ, ਚੌਧਰੀ ਸ਼ਾਨੀ ਮੀਰਵਾਲ ਨਾ, ਬੜੇ ਜਜ਼ਬਾਤੀ ਹੋ ਜੀ ਤੁਸੀਂ ਭਾਈ ਨੇ ਜੀ। ਹਾਂ, ਤੁਹਾਡਾ ਆਪਣਾ ਸ਼ੌਕ ਸ਼ਿਕਾਰ ਹੈ ਜੀ, ਯੂਰੋ ਤੇ ਪਾਵਰ ਜੀ ਜੀ, ਗਾਂਢੀ ਹੋ ਗਏ? ਬਿਲਕੁਲ। ਦੱਸੋ ਕੀ ਬਣੇਗਾ? ਅੱਲਾਹ ਬਿਹਤਰ ਕਰੇਗਾ ਜੀ ਇਨਸ਼ਾਅੱਲਾ। ਕਿੰਨੇ ਪਰਸੈਂਟ ਤੁਸੀਂ ਮੁਤਮੈਨ ਹੋ? ਅਸੀਂ ਤੇ 100% ਮੁਤਮੈਨ ਤਾਂ ਹੀ ਲਾਇਆ ਜੀ। ਕੀ ਬਾਤ ਹੈ, ਥੱਲੇ ਦਿੱਤਾ ਯੂਰੋ? ਬਿਲਕੁਲ। ਬਹੁਤ ਵਧੀਆ, ਬਹੁਤ ਵਧੀਆ, ਬਹੁਤ ਮਜ਼ਾ ਆਏਗਾ ਜੀ, ਕਰੇਗਾ ਜੀ। ਕਿੰਨੀਆਂ ਰੈਸਟਾਂ ਦੇਣੀਆਂ ਚਾਹੀਦੀਆਂ ਜਦੋਂ ਕੁੱਤਾ ਤਿਆਰੀ ਲੱਗਾ ਹੋਵੇ ਲੜਨ ਤੋਂ? 3-4 ਰੈਸਟਾਂ। 3-4 ਰੈਸਟਾਂ ਮੈਂ ਨਹੀਂ ਪਸੰਦ ਕਰਦਾ ਜੀ ਇਹ ਗੱਲ। ਇੱਕ ਦਫਾ ਤਿਆਰੀ ਖਤਮ ਹੋ ਜਾਂਦੀ 4 ਰੈਸਟਾਂ ਦੀ, ਮੇਰਾ ਤਾਂ ਖਿਆਲ ਹੈ 2 ਰੈਸਟਾਂ ਬਹੁਤ ਹੈ ਜੀ। ਨਹੀਂ ਜੀ, ਥਕਾਵਟ 'ਚ ਹੁੰਦੇ, ਟੋਰੇ ਬਹੁਤ ਹੁੰਦੇ ਆ, ਖੇਚਲ ਬੜੀ ਦਿੱਤੀ ਜਾਂਦੀ ਹੈ, 4 ਰੈਸਟਾਂ ਘੱਟ ਤੋਂ ਘੱਟ। 4 ਰੈਸਟਾਂ ਕਾਫੀ, ਬਹੁਤ ਅੱਛਾ। ਅਗਰ ਹੀਟ ਅਪ ਹੋ ਜਾਏ ਜਾਨਵਰ, ਹਾਂਜੀ, ਗਰਮੀ ਮਹਿਸੂਸ ਕਰੇ, ਥੋੜ੍ਹਾ ਉਹਨੂੰ ਠੰਡਾ ਕਰਨ ਵਾਸਤੇ ਕਿਹੜੀ ਚੀਜ਼ ਦੇਣੀ ਚਾਹੀਦੀ? ਸ਼ਿਕਾਰ ਹੈ ਜੀ, ਤੁਸੀਂ ਉਹਦੇ ਮੇਦੇ ਦੇ ਹਿਸਾਬ ਨਾਲ ਦੇਣਾ, ਤੁਹਾਡਾ ਜੇ ਸ਼ਿਕਾਰ ਹੈ ਫਿਰ ਤਾਂ ਤੁਹਾਡੇ ਕੋਲ ਹੀਟ ਹੋਣਾ ਹੀ ਨਹੀਂ ਚਾਹੀਦਾ। ਵਾਹ ਚੌਧਰੀ ਫਾਰੂਕ, ਜੇ ਤੁਸੀਂ ਸ਼ਿਕਾਰੀ ਹੋ ਤੇ ਜਾਨਵਰ ਹੀਟ ਨਹੀਂ ਕਰਨਾ ਚਾਹੀਦਾ, ਦੇਣੀ ਹੈ ਉਹਦੀ ਤਬੀਅਤ ਦੇ ਮੁਤਾਬਕ, ਤੇ ਤੁਸੀਂ ਇਹ ਤੇ ਹੋ ਹੀ ਨਹੀਂ ਸਕਦਾ ਕਿ ਤੁਸੀਂ ਖਰਾਬ ਕਰ ਲਓ, ਫਿਰ ਤਾਂ ਸ਼ਿਕਾਰ ਤੇ ਆਈ ਨਹੀਂ। ਹਾਂ, ਫਿਰ ਤਾਂ ਬੇੜੀਆਂ ਡੁੱਬ ਗਈਆਂ। ਬਹੁਤ ਮਿਹਰਬਾਨੀ ਫਾਰੂਕ ਭਾਈ, ਰਾਜਾ ਨਾਤਕ ਭਾਈ, ਬਹੁਤ ਮਿਹਰਬਾਨੀ, ਸ਼ੁਕਰੀਆ ਸਰ ਤੁਹਾਡਾ ਵੀ, ਅੱਲਾਹ ਜੀ। ਨਾਤਕ ਭਾਈ, ਇਸ ਜਾਨਵਰ ਦਾ ਕੀ ਨਾਂ ਜੀ? ਇਹਦਾ ਨਾਮ ਹੈ ਜੀ ਕਮਾਂਡੋ ਸ਼ਾਹ ਜੀ। ਸਰ ਬੜਾ ਬੜਾ ਮੂੰਹ ਲੱਗਾ ਜੀ ਜੀ, ਕਿਆ ਬਾਤ, ਕਿਆ ਬਾਤ। ਇਹਦੀ ਉਮਰ ਕਿਤਨੀ ਜੀ? ਉਮਰ ਇਹਦੀ ਆਇਆ ਜੀ ਤਕਰੀਬਨ 3 ਸਾਲ ਜੀ। 3 ਸਾਲ? ਸਰ ਇਹ ਗਰਾਊਂਡ 'ਚ ਨਹੀਂ ਆਇਆ? ਗਰਾਊਂਡ 'ਚ ਹੁਣ ਪਹਿਲੀ ਵਾਰ ਸ਼ਾਹ ਜੀ ਆਇਆ ਜੀ। ਨਾਤਕ ਭਾਈ, ਆ ਸ਼ਾਹ ਜੀ ਹੁਣ ਇਨਸ਼ਾਅੱਲਾ ਇਸ ਸੀਜ਼ਨ 'ਚ ਆਏਗਾ, ਇਸ ਸੀਜ਼ਨ 'ਚ ਬੜਾ ਚਿਹਰਾ ਲੱਗਾ ਆ, ਲਾਹੌਰ ਵਾਲੇ ਮੈਚ ਲੜਾਵਾਂਗੇ 15 ਦਸੰਬਰ ਨੂੰ ਜੀ, ਕਮਾਂਡੋ ਰੈਡੀ ਇਨਸ਼ਾਅੱਲਾ। ਸਰ ਇਹ ਕਿਹੜੇ ਕੁੱਤੇ ਦਾ ਬੱਚਾ? ਇਹ ਜੀ ਸ਼ਾਹ ਜੀ ਸੁੰਦਰ ਕੁੱਤਾ ਵਿਕਾਸ ਵਿੱਕੀ ਵਾਲਾ ਜੀ 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 ਜੀ, ਚੌਧਰੀ ਵਿਕਾਸ ਵਿੱਕੀ ਵਾਲਾ, ਇਹ ਉਸੇ ਬਲੱਡ ਲਾਈਨ 'ਚ, ਉਹਦਾ ਅੱਗੋਂ ਬੱਚਾ ਸੀ ਅਤੇ ਉਹਦਾ ਅੱਗੋਂ ਹੈ ਬੱਚਾ, ਸੁੰਦਰ ਦਾ ਪੋਤਰਾ ਜੀ। ਕਿਆ ਬਾਤ ਹੈ ਸਰ, 31.5 ਜੀ? 32 ਹੈ ਜੀ। 32 ਹੈ, ਠੀਕ ਹੋ ਗਿਆ, ਬਹੁਤ ਅੱਛੀਆਂ ਮੇਲੀਓ ਰਾਸ਼ਕੀਆਂ ਲੱਗੀਆਂ, ਬਹੁਤ ਅੱਛੀ ਅੱਖ, ਬਹੁਤ ਅੱਛਾ ਹੈਡ ਲੱਗਾ ਜੀ। 15 ਦਸੰਬਰ ਨੂੰ ਜਿੱਥੇ ਯੂਰੋ ਤੇ ਪਾਵਰ ਗਾਂਢੀ ਲੜਨਗੇ ਉੱਥੇ ਇੱਕ ਕਮਾਂਡੋ ਵੀ ਲੜੇਗਾ। ਚਲੋ, ਕਿਸੇ ਖਾਸ ਲਈ ਰੱਖਿਆ ਹੋਇਆ ਆਲਾ? ਅੱਛਾ, ਹਾਂ, ਛੋਟਾ ਭਾਈ ਹੈ ਸਾਡਾ ਸਖਾਵਤ, ਉਹਦਾ ਬੜਾ ਸ਼ੌਕ ਹੈ ਜੀ ਆ ਇਨਸ਼ਾਅੱਲਾ। ਅੱਛਾ ਅੱਛਾ ਅੱਛਾ, ਸਖਾਵਤ ਭਾਈ ਨੇ ਆਪਣੀ ਪਸੰਦ ਨਾਲ ਰੱਖਿਆ ਜੀ। ਸਰ ਬਹੁਤ ਸ਼ੁਕਰੀਆ, ਅੱਲਾ ਖੁਸ਼ ਰੱਖੇ, ਅੱਲਾ ਇੱਜ਼ਤ ਦੇ ਜੀ। ਪਾਕਿਸਤਾਨ ਜ਼ਿੰਦਾਬਾਦ। ਜ਼ਿੰਦਾਬਾਦ।